ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਸੰਘਾ ਫੈਮਲੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਆਪਣੇ ਖੂਹ ਦਾ ਬਲੌਗ ਦਿਖਾਵਾਂਗੇ। ਸਾਡੇ ਬਲੌਗ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ। ਅਸੀਂ ਪੇਂਡੂ ਜੋ ਆਪਣੇ ਪਿੰਡਾਂ ਦੇ ਵਿੱਚ ਕੰਮ ਹੁੰਦੇ ਆ ਉਹਨਾਂ ਦੇ ਬਲੌਗ ਬਣਾਇਆ ਕਰਨਾ ਆ, ਅਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਸਾਡੇ ਬਲੌਗ ਸਾਰਿਆਂ ਨੂੰ ਪਸੰਦ ਆਉਣਗੇ, ਅਤੇ ਸਾਡੇ ਬਲੌਗ ਨੂੰ ਦੇਖਣਾ ਵੀ ਆ ਐਂਡ ਤਾਈਂ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ। ਸੰਘਾ ਸਾਹਿਬ ਚੈਨਲ ਨੂੰ ਸਬਸਕ੍ਰਾਈਬ ਕਰਨਾ। ਹਾਂ, ਸਬਸਕ੍ਰਾਈਬ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰੋ। ਜੋ ਇਹ ਕਹਿੰਦੇ ਆ ਕਰ ਲਈਓ, ਆ ਜਾਓ ਫੇ ਕਰਦੇ ਆ ਅਗਲਾ ਕੰਮ। ਤੇ ਆਪਾਂ ਬਲੌਗ ਬਣਾਉਣ ਲੱਗੇ ਆਂ ਆਪਣੇ ਖੂਹ ਤੇ, ਕਿਉਂਕਿ ਸਾਰੇ ਹੀ ਤੁਹਾਨੂੰ ਪਤਾ ਨਵੇਂ ਤੋਂ ਨਵੇਂ ਤਰੀਕੇ ਨਾਲ ਬਲੌਗ ਬਣਾਉਣੇ, ਪਰ ਆਪਾਂ ਉਹੀ ਬਲੌਗ ਬਣਾਉਣੇ ਆ ਜਿਹੜਾ ਅਸੀਂ ਕੰਮ ਕਰਦੇ ਆ, ਕਿਉਂਕਿ ਜਿਹੜਾ ਬੰਦਾ ਬਲੌਗ ਬਣਾਉਂਦਾ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੁੰਦਾ ਵੀ ਇਹ ਕੀ ਕੰਮ ਕਰਦਾ, ਇਹਨਾਂ ਦਾ ਕੀ ਰਹਿਣ ਸਹਿਣ ਆ ਕੀ, ਹੈ ਨਾ। ਮਤਲਬ ਜਿੱਦਾਂ ਉਹ ਬਣਾਉਂਦੇ ਆ ਉਸ ਹਿਸਾਬ ਨਾਲ ਤਾਂ ਨਹੀਂ ਸਾਡੇ ਕੋਲ ਦਿਖਾ ਹੋਣਾ, ਪਰ ਅਸੀਂ ਆਪਣੇ ਦੇਸੀ ਤਰੀਕੇ ਨਾਲ ਤੁਹਾਨੂੰ ਦਿਖਾਉਂਦੇ ਹਾਂ। ਆਹ ਆਪਣੀਆਂ ਹੈਗੀਆਂ ਝੋਟੀਆਂ 5-7 ਇਸ ਟਾਈਮ ਪੂਰੀਆਂ ਗਚਾ ਗਚ ਮੀਂਹ ਦੇ ਵਿੱਚ ਹੋਈਆਂ ਪਾਰਲਰ ਦੇ ਵਿੱਚੋਂ, ਜਿੱਦਾਂ ਲੇਡੀਜ਼ ਆਈਆਂ ਹੁੰਦੀਆਂ ਤਿਆਰ ਵਾ, ਥੱਲੇ ਖਲਾਰਾ ਜਾ ਰਹਾ, ਤੇ ਆਪਾਂ ਚੱਲੇ ਪੱਠੇ ਵੱਢਣ। ਇਹ ਸੱਚ ਪੱਠੇ ਕੁਤਰਨ ਵੱਡੇ ਹੈ, ਕੁਤਰਨ ਲਈ ਤਿਆਰ ਆ, ਆਜੋ ਪੱਠੇ ਕੁਤਰੀਏ। Many months later. ਆਪਾਂ ਚੱਲੇ ਪੱਠੇ ਕੁਤਰਨ ਰਾਸਤੇ, ਤੁਹਾਨੂੰ ਇੱਕ ਗੱਲ ਦੱਸੀ ਨੀ, ਇਹਨਾਂ ਨੂੰ ਦੋ ਪੱਖੇ ਵੀ ਲਾਏ ਆ, ਜਿੱਦਾਂ ਆਪਾਂ ਨੂੰ ਗਰਮੀ ਲੱਗਦੀ ਆ ਇਹਨਾਂ ਨੂੰ ਵੀ ਲੱਗਦੀ ਆ, ਇਹਨਾਂ ਨੂੰ ਕੁਝ ਜ਼ਿਆਦਾ ਲੱਗਦੀ ਆ ਕਿਉਂਕਿ ਇਹਨਾਂ ਦਾ ਚਮੜੀ ਥੋੜੀ ਮੋਟੀ ਆ ਗਰਮੀਆਂ ਵਿੱਚ, ਵੱਡੀਆਂ ਮੋਟੀਆਂ ਜੈਕਟਾਂ ਪਾਈਆਂ। ਆਜੋ ਅੱਗੇ ਚੱਲੀਏ, ਆ ਦੋ ਆਪਣੀਆਂ ਮੱਝਾਂ ਇੱਧਰ ਆ, ਗਰਮੀ 'ਚ ਗਜਾ ਗਾਚ ਹੋਈਆਂ, ਚਿੱਕੜ ਦੇ ਵਿੱਚ ਪੂਰੀਆਂ ਐਨ ਹੋਈਆਂ, ਤੁਹਾਨੂੰ ਪਤਾ ਮੀਂਹ ਕਣੀਆਂ 'ਚ ਇੱਦਾਂ ਦੇ ਹਾਲ ਹੁੰਦੇ ਆ। ਭਰਾਵਾ ਪਸ਼ੂ ਰੱਖਣੇ ਆ ਤੇ ਚੱਜ ਨਾ ਰੱਖਿਓ, ਪਰ ਪਸ਼ੂਆਂ ਦਾ ਕੰਮ ਬੜਾ ਜ਼ਿਆਦਾ ਔਖਾ ਆ। ਜਿਨ੍ਹਾਂ ਨੇ ਵੀਰਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਤਾ ਬਰਸਾਤਾਂ 'ਚ ਕਿੱਦਾਂ ਪਸ਼ੂ ਨਾ। ਆਹ ਆਪਣੀ ਰੇਹੜੀ ਆ ਪੱਠਿਆਂ ਦੀ, ਜਿਹੜੀ ਮੈਂ ਸਵੇਰ ਨੂੰ ਵੱਢਦਾ, ਕੱਪੜੇ ਲੀੜੇ ਵਧੀਆ ਪਾਈ ਦੇ ਆ। ਪਹਿਲਾਂ ਜਿੱਦਾਂ ਇੰਟਰਵਿਊ 'ਚ ਵੀ ਆਪਾਂ ਦਿੱਤੀ ਸੀ ਇੰਟਰਵਿਊ, ਲੋਕਾਂ ਨੂੰ ਲਾਵਾ ਵੀ ਪਤਾ ਨਹੀਂ ਕਿੰਨੇ ਹਾਈ ਫਾਈ ਆ, ਬਸ ਇਹ ਆ ਵੀ ਜਿੰਨੇ ਪੈਸੇ ਹੁੰਦੇ ਖਰਚ ਕੇ ਕੱਪੜਾ ਲੀੜਾ ਪਾ ਲਈਦਾ, ਤਾਂ ਐਸ਼ ਦੀ ਜ਼ਿੰਦਗੀ ਜੀਦੀ ਆ, ਬਾਹਲਾ ਤਰਸਣ ਤੁਰਸਣ ਨਹੀਂ ਕਰੀਦਾ। ਹੁਣ ਲੱਗੇ ਆ ਪੱਠੇ ਕੁਤਰਨ। ਬਹੁਤ ਤੇਜ਼ ਹੋ ਰਿਹਾ ਹੈ, ਬਹੁਤ ਤੇਜ਼ ਹੋ ਰਿਹਾ ਸਾਲ। ਆਪ ਲੈ ਯਾਰੀ ਪੱਠੇ ਪੁੱਤਰ ਲੈ ਵੀ ਕੁਤਰੇ ਗਏ ਪੱਠੇ, ਤੇ ਹੁਣ ਪਾਉਣੇ ਆ ਪਸ਼ੂਆਂ ਨੂੰ। ਅਭੀ ਮਜ਼ਾ ਆਏਗਾ ਨਾ। ਇਕਦਮ ਹੀ ਬੱਦਲ ਵੀ ਬਹੁਤ ਹੋ ਗਿਆ, ਮੀਂਹ ਦੀ ਤਿਆਰੀ ਆ, ਦੇਖ ਹੀ ਸਕਦੇ ਤੁਸੀਂ ਬੱਦਲ। ਹੇ ਸਾਡਾ ਕੰਮ ਨਹੀਂ ਬੜਿਆ, ਗੋਹਾ ਵੀ ਚੱਕਣਾ ਰਹਿੰਦਾ, ਪਹੂ ਬੰਨਣ ਲੱਗੇ। ਹੁਣ ਪਾਪਾ ਨੇ ਕੱਟੀਆਂ ਬੰਨਤੀਆਂ ਆ, ਤਾਂ ਮੰਮੀ ਗੋਹਾ ਇਕੱਠਾ ਕਰਦੇ ਆ। ਮੰਮੀ ਦੀ ਗੋਹਾ ਇਕੱਠਾ ਕਰਨ ਦੀ ਡਿਊਟੀ ਤੇ ਮੇਰੀ ਚੱਕਣ ਦੀ। ਹੁਣ ਜੇ ਗੋਹਾ ਇਕੱਠਾ ਹੋ ਗਿਆ ਫਿਰ ਚੱਕਣਾ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ। ਆਪਾਂ ਮੱਝਾਂ ਨੜਾਉਣ ਲੱਗੇ ਆ, ਮੀਂਹ ਦਾ ਵੀ ਮੌਸਮ ਹੋ ਗਿਆ, ਉਦਾਂ ਧੁੱਪ ਨਿਕਲੀ ਆ, ਪਰ ਹਨੇਰੀ ਚੱਲਣ ਲੱਗ ਪਈ ਆ, ਤਾਂ ਹੁਣ ਮੱਝਾਂ ਨੜਾਉਣਾ, ਮੋਟਰ ਚੱਲਦੀ ਆ। ਲਓ ਜੀ, ਹੁਣ ਆਪਾਂ ਪੱਠੇ ਖਾ ਲਏ ਆ ਪਸ਼ੂਆਂ ਨੇ, ਲੱਗੇ ਆ ਧਾਰਾਂ ਕੱਢਣ। ਆਪਾਂ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਦੁੱਧ ਪੀਣਾ ਹੀ ਸੌਖਾ ਤੇ ਕੱਢੀਦਾ ਕਿੱਦਾਂ ਆ, ਆਜੋ ਦਿਖਾਈਏ ਤੁਹਾਨੂੰ। ਲਓ ਜੀ, ਕੱਟੀ ਨੇ ਦੁੱਧ ਪੀ ਲਿਆ, ਹੁਣ ਆਪਾਂ ਵੀ ਥਣ ਥੁਣ ਸਾਫ ਕਰਕੇ ਤੇ ਚੋਨੇ ਆ ਦੁੱਧ, ਤੇ ਮੱਝ ਵੀ ਦੇਖੋ ਮੰਗਦੀ ਆ ਦੁੱਧ, ਇਹਨੂੰ ਵੀ ਪਿਲਾਉਣੇ ਆ। ਲਓ
ਲੋ ਜੀ ਮੱਝਾਂ ਹੁਣ ਆਪਣੀ ਚੋਣੀ ਸਟਾਰਟ ਕਰ ਦਿੱਤੀ ਆ ਤੇ ਮੱਝਾਂ ਮੈਨੂੰ ਹੀ ਚੋਣੀਆਂ ਪੈਂਦੀਆਂ ਇਧਰੋਂ ਆਪਣੇ ਗਰਮੀ ਗੁਰਮੀ ਘੱਟ ਲੱਗਦੀ ਆ ਇਹ ਖੂਹ ਵਾਲੀਆਂ ਵਰਦੀਆਂ ਏਦਾਂ ਦੀਆਂ ਹੁੰਦੀਆਂ ਤੇ ਇੱਕ ਗੱਲ ਹੋਰ ਕਰਨੀ ਸੀ ਵੀ ਮੱਝ ਮੈਂ ਹੀ ਚੋਣਾ ਕਿਤੇ ਵੀ ਗਿਆ ਹੋਵਾਂ ਤੇ ਮੈਨੂੰ ਹੀ ਆਉਣਾ ਪੈਂਦਾ ਆ ਚਾਰ ਵਜੇ ਸ਼ਾਮਾਂ ਨੂੰ ਭਾਜੜਾਂ ਪੈ ਜਾਂਦੀਆਂ ਮੇਰੇ ਹੱਥ ਪਈਆਂ ਇਹ ਹੋਰ ਕਿਸੇ ਤੋਂ ਨਹੀਂ ਮਿਲਦੀਆਂ ਇਸ ਲਈ ਜਦੋਂ ਵੀ ਪਸ਼ੂ ਸੁਣਦਾ ਵਾਰੋ ਵਾਰੀ ਚੋਵੋ ਤਾਂ ਕਿ ਜੇ ਕਿਸੇ ਨੂੰ ਜਾਣਾ ਵੀ ਪੈ ਜਾਵੇ ਉਹ ਬੰਦਾ ਦੂਸਰਾ ਚੋ ਸਕਦਾ ਜੀ ਉਹ ਸੰਗਾ ਸਾਹਿਬ ਆ ਗਏ ਆ ਹੁਣ ਲਓ ਜੀ ਮੱਝ ਲਈ ਆ ਚੋ ਤੇ ਇੱਕ ਮੱਝ ਲਈ ਆਪਾਂ ਚੋਰ ਇੱਕ ਚੋਨੇ ਆ ਬਾਅਦ ਦੇ ਵਿੱਚ ਲਓ ਜੀ ਹੁਣ ਆਪਣਾ ਸਾਰਾ ਗਿਆ ਨਿਬੜ ਕੰਮ ਤਾਂ ਹੁਣ ਆਪਾਂ ਲੱਗੇ ਆ ਸਵੀਮਿੰਗ ਪੂਲ ਚ ਨਹਾਉਣ ਸੰਗਾ ਸਾਹਿਬ ਸਵੀਮਿੰਗ ਪੂਲ ਉਹੇ ਪੂਲ ਜਿਹੜਾ ਇਹ ਕਹਿੰਦੇ ਆ ਦੇਖ ਲਓ पहली फुर्सत में निकल खत्म बाय बाय टाटा गुड बाय गया।